ਹਮੇਸ਼ਾ ਹੀ ਕਰਦੇ ਰਹੇ, ਚਾਹੇ ਉਹ ਸ਼ਾਮ ਚੁਰਾਸੀ ਦਾ ਏਰੀਆ ਹੋਏ, ਫਿਲੌਰ ਤੋਂ ਸਾਂਸਦ ਰਹੀ ਹੋਵਾ ਜਾਂ ਹੁਸ਼ਿਆਰਪੁਰ ਤੋਂ, ਤੁਸੀਂ ਹਮੇਸ਼ਾ ਹੀ ਮਿਹਨਤ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਨਾਂ ਰੋਸ਼ਨ ਕੀਤਾ ਔਰ ਆਪਣੇ ਏਰੀਏ ਦਾ ਨਾਮ ਰੋਸ਼ਨ ਕੀਤਾ। ਅੱਜ ਮੈਂ ਤੁਹਾਨੂੰ ਲੱਖ ਲੱਖ ਵਧਾਈ ਦੇ ਰਹੀ ਹਾਂ ਇਸ ਉਪਰਾਲੇ ਦੇ ਲਈ, ਕਿਉਂਕਿ ਬੰਟੀ ਇੱਕ ਇਹੋ ਜਿਹਾ ਮੈਂ ਇਨਸਾਨ ਵੇਖਿਆ ਹੈ। ਕਾਂਗਰਸ ਪਾਰਟੀ ਦਾ ਪ੍ਰਧਾਨਗੀ ਕੀਤੀ ਯੂਥ ਕਾਂਗਰਸ ਦੀ, ਕੁਛ ਰਾਜਿਆਂ ਨੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਕਿ ਪੀਵੀ ਪਰਸੀ ਜਿਹੜੀ ਇੰਦਰਾ ਗਾਂਧੀ ਜੀ ਲੈ ਕੇ ਆਏ ਨੇ, ਤੁਸੀਂ ਵੋਟ ਪੰਜਾਬੀਆਂ ਦੇ ਬਾਬਾ ਨਾਨਕ ਜੀ ਦੇ ਦਰਸ਼ਨ ਕਰਵਾ ਤੇ ਔਰ ਇੱਕ ਇਮਾਨਦਾਰੀ ਦੀ ਮਿਸਾਲ। ਸਿੱਧੂ ਸਾਹਿਬ, ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੇ ਵੱਡੇ ਵੱਡੇ ਲੀਡਰਾਂ ਮਜ਼ਬੂਰ ਕਾਂਗਰਸ ਲੈ ਕੇ ਤੁਰੇ ਹੋ, ਮਜ਼ਬੂਤ ਕਾਂਗਰਸ ਹੈ ਜੀ, ਮਜ਼ਬੂਤ ਕਾਂਗਰਸ ਆ ਖੜੀ ਹੈ। ਜਦੋਂ ਵੀ ਇਹ 5-6 ਦੀ ਟੋਲੀ ਹੈ ਜਿੱਥੇ ਜਾਂਦੀ ਜੀ, ਉਹਨੂੰ ਕਾਂਗਰਸ ਹੀ ਕਹਿੰਦੇ, ਜਿਹੜੀ ਨਹੀਂ ਹੈਗੀ ਉਹਨੂੰ ਕਾਂਗਰਸ ਹੀ ਨਹੀਂ ਮੰਨਦੇ। ਸਾਡੇ ਵਿੱਚ ਮੈਡਮ ਸੰਤੋਖ ਚੌਧਰੀ ਬੈਠੀ ਹੈ, ਸਾਡੇ ਵਿੱਚ ਮੈਡਮ ਸੰਤੋਖ ਚੌਧਰੀ ਬੈਠੀ ਹੈ, ਜਿਹੜੀ ਕਿ ਇਹਨਾਂ ਸੱਤਾ ਅੱਠਾਂ ਦੀ ਸ਼ਿਕਾਰ ਹੋ ਕੇ ਬੈਠੀ ਆ, ਜਿੱਤੀ ਜਿਤਾਈ ਨੂੰ ਟਿਕਟ ਕਟਾ ਕੇ ਇੱਕ ਵਿਚਾਰੇ ਗਰੀਬ ਦੀ ਜਨਤਾ ਬਣੀ ਦੇਤੀ, ਦੂਜੇ ਦੀ ਇੱਥੋਂ ਦੇਤੀ। ਮੈਂ ਸਿੱਧੂ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਹਾਈ ਕਮਾਂਡ ਤੱਕ ਸਾਡਾ ਪਹੁੰਚਣਾ ਔਖਾ ਆ, ਲੇਕਿਨ ਤੁਸੀਂ ਇੱਕ ਜ਼ਰੀਆ ਬਣ ਗਏ। 6-7 ਕਾਂਗਰਸੀ ਨਹੀਂ ਆ, ਜਿੱਦਣ ਤੁਸੀਂ 10 ਦਿਨ ਪਹਿਲਾਂ ਗਏ ਹੁਸ਼ਿਆਰਪੁਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਮੇਰੇ ਜ਼ਿੰਮੇ ਲਾ ਦਿਓ, 10 ਦਿਨ ਪਹਿਲਾਂ ਕਿਹਾ ਗਈ ਹੋ ਜਿਹੜੀ ਕੌਂਸੀ ਚੌਂਸੀ ਚੁਕੋਗੇ ਉੱਥੇ ਜਿੱਥੋਂ ਵੀ ਵੱਡੀ ਵੱਡੀ ਮੈਂ ਰੈਲੀ ਕਰਾ ਦਊ। ਕਾਂਗਰਸ ਪਾਰਟੀ ਦੇ ਵਿੱਚ ਵਰਕਰ ਦੀ ਕਦਰ ਨਹੀਂ ਆ, ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵਰਕਰ ਆ, ਜਿਹੜੇ ਹਾਈ ਕਮਾਂਡ ਦੇ ਉੱਪਰੋਂ ਪ੍ਰਮਾਣ ਆਉਂਦੇ ਆ ਇਹ ਉਹਨਾਂ ਨੂੰ ਫੇਲ ਕਰਦੇ ਆ। ਆਹ ਦੇਖੋ ਜਿੰਨੀ ਦੁਨੀਆ ਤੁਹਾਡੇ ਸਾਹਮਣੇ ਬੈਠੀ ਆ ਇਹ ਸਾਰੇ ਕਾਂਗਰਸੀ ਆ, ਔਰ ਤੁਹਾਡੇ ਕਰਨਾ ਦੇ ਨਾਲ ਤੁਹਾਡੇ ਲਈ ਦਿਨ ਰਾਤ ਖੜੇ ਹੋਣਗੇ। ਯੂਥ ਕਾਂਗਰਸ ਇਲੈਕਸ਼ਨ ਹੁੰਦੇ ਆ ਤਾਂ ਇਹ ਚੰਡੀਗੜ੍ਹੋਂ ਫਰਮਾਨ ਕਰ ਦਿੰਦੇ ਇਹਨੂੰ ਵੋਟਾਂ ਪਾਓ, ਜੇ ਤੁਹਾਡੇ ਫਰਮਾਨ ਸੁਣਨੇ ਆ ਤੇ ਰਾਹੁਲ ਗਾਂਧੀ ਜੀ ਨੂੰ ਕਹਿ ਲਓ ਮੈਂ ਯੂਥ ਕਾਂਗਰਸ ਇਲੈਕਸ਼ਨ ਕਿਉਂ ਕਰਾਉਂਦੇ ਆ। ਮੈਂ ਇੱਕ ਹੋਰ ਸਿੱਧੂ ਸਾਹਿਬ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਇੱਕ ਪਿੱਛੇ ਝਾਕੀ ਮਾਰ ਕੇ ਦੇਖੋ ਜਿਹੜੇ ਯੂਥ ਦੇ ਸੈਕਿੰਡ ਨੰਬਰ ਵਾਲੇ ਲੀਡਰ ਆ ਜਿਹਨਾਂ ਦੀ ਯੂਥ ਦੀ ਵੋਟ ਸ਼ੁਰੂ ਹੋਈ ਆ, ਕਿੱਥੇ ਆ ਉਹ? ਇਹਨਾਂ ਨੇ ਮਕਾ ਤੇ, ਇਹ ਜਿੱਤਦੇ ਉਹਨੂੰ ਘਰ ਮੰਨਦੇ, ਜਿਹੜੇ ਹਾਰਦਾ ਉਹਨੂੰ ਇਹ ਵੀ ਪਤਾ ਲੱਗਦਾ ਕਿ ਉਹ ਵੀ ਕਾਂਗਰਸ ਵਰਕਰ ਆ, ਉਹਨੂੰ ਇਹ ਬਣਦੇ ਉਹਨੂੰ ਆਪਣਾ ਦੁਸ਼ਮਣ ਸਮਝਦੇ ਆ। ਵੱਡੇ ਲੀਡਰਾਂ ਕੋਲ ਮੈਂ ਗਿਆ, ਬੰਟੀ ਜੀ ਉਹ 8 ਬੰਦੇ ਤੁਹਾਡੀ ਬੜੀ ਮੁਖਾਲਫਤ ਕਰਦੇ ਆ, ਉਹ ਮੈਂ ਤਾਂ ਅੱਜ ਤੱਕ ਕਦੇ MC ਦੀ ਸੀਟ ਨਹੀਂ ਲੂੰਗੀ, ਮੇਰੇ ਨੂੰ ਮਿਲਦੇ ਮੇਰੀ ਕਦੇ ਨਹੀਂ ਮੁਖਾਲਫਤ ਕਰਦੇ ਆ। ਅੱਜ ਤੱਕ ਮੈਂ ਕਦੇ MLA ਦੀ ਟਿਕਟ ਪਵਾਈ ਨਹੀਂ ਕੀਤੀ, ਅੱਜ ਤੱਕ ਮੈਂ ਕਦੇ MC ਦੀ ਟਿਕਟ ਪਵਾਈ ਨਹੀਂ ਕੀਤੀ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਜਿੱਦਣ ਮੈਂ ਤੁਹਾਡੇ ਕੋਲ ਕੋਈ ਅਹੁਦਾ ਮੰਗਣ ਆਜੂਗਾ ਮੈਨੂੰ ਘਰੋਂ ਫੜ ਕੇ ਬਾਹਰ ਕੱਢ ਦਈਓ, ਲੇਕਿਨ ਜਿੱਦਣ ਆਹ ਜਨਤਾ ਮੇਰੇ ਲਈ ਕੁਛ ਮੰਗੂਗੀ ਉੱਦਣ ਮੈਨੂੰ ਜ਼ਰੂਰ ਦੇ ਦਈਓ ਕੁਛ ਨਾ ਕੁਛ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਮੈਂ ਸਿੱਧੂ ਸਾਹਿਬ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਮੇਰੀ ਬੇਨਤੀ ਨੂੰ ਕਬੂਲ ਕੀਤਾ, ਤੁਸੀਂ ਸਾਡੇ ਸੰਤਾਂ ਦੀ ਧਰਤੀ ਤੇ ਆਏ। ਮੈਂ ਤੁਹਾਡੇ ਹੁਸ਼ਿਆਰਪੁਰ ਵਾਸੀਆਂ ਵੱਲੋਂ ਤੁਹਾਡਾ ਕੋਟੀ ਕੋਟੀ ਧੰਨਵਾਦ ਕਰਦਾ, ਸਾਡੀ ਵਰਕਰਾਂ ਦੀ ਇੰਨੀ ਬਾਹ ਫੜ ਰੱਖੀ ਹੋਈ, ਪਹਿਲੀ ਵਾਰੀ ਹੋਇਆ ਹੁਸ਼ਿਆਰਪੁਰ ਚ ਕਿ MLA ਦੀ ਰੈਲੀ ਨਹੀਂ, ਇਹ ਲੀਡਰਾਂ ਦੀ ਰੈਲੀ ਨਹੀਂ, ਇਹ ਵਰਕਰਾਂ ਦੀ ਰੈਲੀ ਹੈ, ਵਰਕਰ ਨੇ ਰੈਲੀ ਕਰਾਈ ਆ। ਏਦਾਂ ਨਹੀਂ ਮੈਂ ਹਰ ਕੋਸੀ ਦੀ ਰੈਲੀ ਜਾ ਕੇ ਦਿਖਾਵਾਂ ਕਿੱਥੇ ਵੀ ਮੇਰੀ ਡਿਊਟੀ ਲਾਉਂਗੇ। ਮੈਂ ਹੁਣ ਬੇਨਤੀ ਕਰਦਾ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੂੰ ਕਿ ਉਹ ਸਟੇਜ ਤੇ ਆਪਣੀ ਬਚਾ ਰੱਖੋ।
ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਸਾਰੇ ਸਾਈਡ ਸਾਈਡ ਤੇ ਹੋ ਜਾਓ ਵੀ। ਸਾਰਿਆਂ ਨੂੰ ਬੇਨਤੀ ਆ ਸਟੇਜ ਤੇ ਸਾਈਡ ਨੂੰ ਹੋ ਜਾਓ। ਆਪਾਂ ਥੋੜਾ ਜਿਹਾ ਡਿਸਿਪਲਿਨ ਮੇਨਟੇਨ ਰੱਖੀਏ ਬਾਈ, ਆਪਾਂ ਇੱਕ ਦੂਜੇ ਨੂੰ ਧੱਕੇ ਵੀ ਨਾ ਵੱਜਣ। ਡਿਸਿਪਲਿਨ ਤੁਹਾਡੀ ਪਿਆਰ ਵੀ ਕਬੂਲ ਕਰਦੇ ਹਾਂ, ਪਰ ਡਿਸਿਪਲਿਨ ਮੇਨਟੇਨ ਕਰਕੇ ਰੱਖਿਓ। ਧੰਨਵਾਦ ਸਿੱਧੂ ਸਾਹਿਬ। ਭਾਈ ਹੈਲੋ ਬ੍ਰਦਰ, ਬ੍ਰਦਰ ਹੈਲੋ, ਯਾਰ ਥੋੜਾ ਪਿੱਛੇ ਹੋ ਜਾ, ਥੋੜਾ ਪਿੱਛੇ ਹੋ ਜਾ ਭਾਈ, ਫੋਨ ਦੇ ਕੇ ਸਾਈਡ ਕੋ ਲਿਓ। ਪਰਮਾਣੂ ਨਹੀਂ ਬਣਦਾ, ਵਿਅਕਤੀ ਬਿਨਾਂ ਸਮਾਜ ਨਹੀਂ ਬਣਦਾ, ਉਸੇ ਤਰ੍ਹਾਂ ਪਾਰਟੀ ਕਿੰਨੀ ਉਹ ਵੱਡੀ ਹੋਵੇ, ਵਿਸ਼ਵਨਾਥ ਬੰਟੀ ਵਰਗੇ ਵਰਕਰਾਂ ਬਿਨਾਂ ਜੀਰੋ ਆ ਜੀਰੋ। ਜਿੱਦਣ ਹੈਗੇ ਵਰਕਰ ਥੱਲੇ ਡਿੱਗਣ ਦੇ ਤੇ ਸਿੱਧੂ ਦੀ ਪੱਗ ਲੈ ਨਹੀਂ ਸਮਝੋ ਮੇਰੇ ਸਾਫੇ ਦਾ ਲਾੜਾ ਇਹ, ਨਾਲੇ ਤੁਸੀਂ ਸਾਫੇ ਦਾ ਲੜ ਤੇ ਅੱਜ ਸਾਰੀ ਦੁਨੀਆ ਦੇ ਸਾਹਮਣੇ ਬਾਹ ਫੜਦਾ ਔਰ ਕਹਿੰਦਾ ਕਿ ਬਾਹ ਜਿਹੜਾ ਕੀ ਪਕੜੀਏ, ਸਿਰ ਦੀਜੀਏ, ਬਾਹ ਨਾ ਛੋੜੀਏ। ਸਾਰੀ ਉਮਰ ਕਰਦਿਆਂ ਨਹੀਂ ਉਤਰਿਆ,
ਖੜਾ ਹੋ ਸਕਦਾ, ਪਰ ਮੈਂ ਇੱਕ ਬਾਪ ਵੀ ਹਾਂ, ਇੱਕ ਭਰਾ ਵੀ ਹਾਂ, ਇੱਕ ਪੁੱਤਰ ਵੀ ਹਾਂ। ਜੋ ਮੇਰੇ ਮਾਂ ਪਿਓ ਨੇ ਮੈਨੂੰ ਸੰਸਕਾਰ ਦਿੱਤੇ ਆ, ਉਹਨਾਂ ਨੂੰ ਕਦੇ ਫਿਰ ਵੀ ਨਹੀਂ ਦੇਖੇਗਾ। ਜੈ ਜਵਾਨ ਜੈ ਕਿਸਾਨ ਕਹਿਣਾ, ਉਹ ਕਾਂਗਰਸ ਪਾਰਟੀ ਹੈ, ਉਹ ਕਾਂਗਰਸ ਪਾਰਟੀ ਜਿਹਨੇ ਇਸ ਦੇਸ਼ ਨੂੰ ਨਾ ਸਿਰਫ ਆਜ਼ਾਦ ਕਰਾਇਆ, ਭਾਖੜਾ ਡੈਮ ਦਿੱਤੀ, IIM ਦਿੱਤੇ, ਇਸਰੋ ਦਿੱਤਾ, ਪੰਡਿਤ ਜਵਾਹਰ ਲਾਲ ਨਹਿਰੂ ਦੀ ਦੇਣ ਹੈ, ਗ੍ਰੀਨ ਰੈਵੋਲੂਸ਼ਨ, ਵਾਈਟ ਰੈਵੋਲੂਸ਼ਨ, ਇਹ ਸਾਰਾ ਕੁਛ ਨੀਹਾਂ ਆ ਜਿਹੜਾ ਕੇਜਰੀਵਾਲ ਸਾਹਿਬ ਭੈੜਾ ਜਿਹਾ ਮਫਲਰ ਪਾ ਕੇ ਭੈੜੇ ਭੈੜੇ ਯਾਰ ਮੇਰੀ ਖਤੋਂ ਦੇ ਉਹੀ ਖਗੀ ਹੈ, ਉਹ ਆ ਕੇ ਖੰਗ ਪਵਾਂ ਹੋਵੇ ਨਾ ਹੋਵੇ। ਇਹ ਕਹਿੰਦਾ ਮਿੱਤਰ ਪਿਆਰੋ, ਇਹ ਕਹਿੰਦਾ ਜੇ ਪੰਡਿਤ ਜਵਾਹਰ ਲਾਲ ਨਹਿਰੂ ਨਾ ਹੁੰਦਾ ਤਾਂ ਮੈਂ ਅਨਪੜ੍ਹ ਹੁੰਦਾ। ਜਾਂ ਭਗਵੰਤ ਪ੍ਰਤਾਪ ਸਿੰਘ ਕਹਿ ਲਓ, ਇਹ ਇਹੋ ਜਿਹੇ ਯੋਧੇ ਕੀ ਸੀ ਇਹਨਾਂ 'ਚ, ਲੋਕ ਭਰੋਸਾ ਕਰਦੇ ਸੀ, ਲੋਕ ਭਰੋਸਾ ਕਰਦੇ ਸੀ। ਔਰ ਵਰਕਰ ਨੂੰ ਕੁਛ ਨਹੀਂ ਚਾਹੀਦਾ, ਆਪਣੇ ਲੀਡਰ 'ਤੇ ਭਰੋਸਾ ਚਾਹੀਦਾ। ਅਤੇ ਜੇ ਲੀਡਰ ਹੋਵੇ 75-25 ਤੇਰੀ ਮੇਰੀ 80-60 ਤੇਰਾ ਬਿਜਨਸ, ਅਤੇ ਜੇ ਲੀਡਰ ਹੋਵੇ 80-20 ਮੇਰੀ ਨਾ ਫੜਿਓ ਜੀ। ਲੀਡਰ ਲੀਡਰ ਬਣੇ ਹੋਣ, ਲੀਡਰ ਪਾਰਟੀ ਨੂੰ ਗਿਰਵੀ ਧਰ ਦੇਣ, ਤੇ ਜੇ ਲੀਡਰ ਵਰਕਰ ਦੇ ਲਈ ਲੜਨੀ ਕੁਛ ਨਾ ਛੱਡਣ। ਵਰਕਰ ਉਦੋਂ ਉੱਠਦਾ ਹੈ ਪੰਤੀ ਵਰਗਾ, ਚਾਹ ਦੀਆਂ ਦੁਕਾਨਾਂ ਤੇ ਬੱਸ ਸਟੈਂਡ ਤੇ, ਕਿਤੇ ਛੋਟੀ ਛੋਟੀ ਮੋਟੀ ਨੁੱਕੜ ਮੀਟਿੰਗ ਤੇ, ਹਰ ਥਾਂ ਤੇ ਗਹਿਮਾ ਗਹਿਮੀ ਜਦੋਂ ਹੁੰਦੀ ਹੈ ਨਾ, ਜਿੱਦਣ ਵਰਕਰ ਇਹ ਕਹਿਣ ਲੱਗ ਜੂਗਾ, ਉਹ ਸਾਡਾ ਲੀਡਰ ਪੰਤੀ ਵਰਗਾ, ਸਾਡਾ ਲੀਡਰ ਸਿੱਧੂ ਵਰਗਾ, ਜਿਹਨੇ ਇਮਾਨ ਨਹੀਂ ਵੇਚਿਆ, ਉਸੇ ਦਿਨ ਕਾਂਗਰਸ ਖੜੀ ਹੋ ਜੂਗੀ। ਸਾਡਾ ਲੀਡਰ ਸਮਝੌਤੇ ਨਹੀਂ ਕਰਦਾ, ਓਏ ਪੰਜਾਬ ਲਈ ਮਰਨ ਕਰਨ ਨੂੰ ਤਿਆਰ ਹੈ, ਕਾਂਗਰਸ ਉਸੇ ਦਿਨ ਖੜੀ। ਕੀ ਸੀ ਗਾਂਧੀ? ਉਹ ਭਾਈ ਕੋਈ ਧੱਕਾ ਮਾਰਦਾ, ਹਾਰ ਮਾਸਦਾ, ਪੁੱਤਰਾ ਨਹੀਂ ਮਾਰ ਥੱਲੇ ਡਿੱਗ ਜਾਂਦੇ। ਸੱਚ ਸੀ ਜਦੋਂ ਆਇਆ ਕਰਕੇ ਡੰਡਾ ਖੜਕਾਣਾ, ਕਰੋੜ ਬੰਦਾ ਮਗਰ ਤੁਰਦਾ ਸੀ, ਤੇ ਇੱਥੇ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ, ਕਿਉਂ ਢਿੱਡ ਪੀੜ ਹੁੰਦੀ ਹੈ ਭਾਈ? ਮੈਂ ਇੱਥੇ ਆਪਣੇ ਪਰਿਵਾਰ ਦੀ ਗੱਲ ਕਰ ਰਹੀ, ਨਾ ਮੇਰੀ ਵੇਤੇ ਦੀ ਖੱਡ, ਨਾ ਮੇਰਾ ਕੋਈ ਬਿਜ਼ਨਸ, ਨਾ ਮੇਰੀ ਸ਼ਰਾਬ ਦੀ ਖੱਡ ਹੈ ਜੀ। ਕਿਹਦੇ ਲਈ ਲੜਦੇ ਹਾਂ? ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਹਾਂ। ਇਹ ਨੌਜਵਾਨ ਭਗਵੰਤ ਮਾਨ ਸਾਹਿਬ ਝੂਠੀ ਪੁਣੀ ਡਾਕੂ ਹੋ ਤੁਸੀਂ, 50,000 ਕਰੋੜ ਰੁਪਈਆ ਖਾਣ ਵਾਲੇ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀਲੀ ਪੱਗ ਬੰਨੀ ਹੈ ਭਗਤ ਸਿੰਘ ਦੀ, ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ, ਇੱਜ਼ਤ ਦੀ ਰੋਟੀ ਖਾਵਾਂਗੇ। ਆਹ ਪਾਸਪੋਰਟ ਦੇਖ ਲਓ, ਪੰਜਾਬ ਦੇ ਰਿਕਾਰਡ ਤੌਰ 'ਤੇ 12 ਲੱਖ ਪਾਸਪੋਰਟ ਬਣੇ ਹੈ, 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ। 1 ਲੱਖ ਕਰੋੜ ਦੀ ਜਾਇਦਾਦ ਵੇਚ ਕੇ ਮੁੰਡੇ ਕੁੜੀਆਂ, ਬਾਪੂ ਮਾਤਾਵਾਂ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ। ਮਿੱਤਰ ਪਿਆਰੇ, ਤੂੰ ਕਹਿੰਦਾ ਸੀਗਾ ਗੋਰੇ ਲੈ ਕੇ ਆਏਗਾ ਇੱਥੇ, ਕੀ ਭਗਤ ਸਿੰਘ ਨੇ, ਰਾਜਗੁਰੂ ਨੇ, ਸੁਖਦੇਵ ਨੇ, ਰਾਮ ਪ੍ਰਸਾਦ ਬਿਸਮਿਲ ਨੇ ਇਹ ਸੁਪਨਾ ਦੇਖਿਆ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਉਹ ਪੰਜਾਬ ਜਿਹਨੇ ਨੀਹਾਂ ਚਿਣੀਆਂ ਇਸ ਦੇਸ਼ ਦੀਆਂ, ਸਭ ਤੋਂ ਵੱਧ ਪਰਮਵੀਰ ਚੱਕਰ ਜਿੱਤੇ, ਸਭ ਤੋਂ ਵੱਧ ਅਨਾਜ ਪੈਦਾ ਕੀਤਾ, ਸਭ ਤੋਂ ਵੱਧ ਫੌਜ 'ਚ
ਔਰ ਇੰਡੀਪੈਂਡੈਂਸ ਯੋਗਦਾਨ ਪਾਇਆ ਉਹਦੇ ਉਸ ਪੰਜਾਬ ਦੇ ਬੱਚੇ 12 ਲੱਖ ਪਾਸਪੋਰਟ ਬਣਾ ਕੇ 1 ਲੱਖ ਕਰੋੜ ਦੀ ਜ਼ਮੀਨ ਜਿਦਾਦ ਵੇਚ ਕੇ ਗੋਰਿਆਂ ਦੇ ਗੁਲਾਮ ਬਣ ਜਾਣਗੇ। ਉਹ ਸ਼ਰਮ ਕਰੋ ਏ ਜਿਹੜੀਆਂ ਤੁਸੀਂ ਐਡਾ ਦਿੰਦੇ ਹੋ, ਸ਼ਰਮ ਕਰੋ। ਲੈ ਮੈਂ ਅੱਜ ਨਾ ਅਨਾਊਂਸ ਕਰਦਾ, ਮੇਰੇ ਕੋਲ ਕੋਈ ਅਹੁਦਾ ਨਹੀਂ, ਮੇਰੇ ਕੋਲ ਕੁਛ ਨਹੀਂ, ਲੇਕਿਨ ਨਵਜੋਤ ਸਿੰਘ ਸਿੱਧੂ ਫਿਰ ਵੀ ਐਡਾ ਅਮੀਰ ਹੈ। ਮੇਰੇ ਅਕਾਊਂਟ ਬੰਦ ਕੀਤੇ ਹੈ, ਮੇਰੇ ਤੇ ਤਸ਼ੱਦਦ ਹੁੰਦੇ ਹੈ, ਮੇਰੇ ਤੇ ਕੇਸ ਪਏ ਹੈ, ਲੇਕਿਨ ਫਿਰ ਵੀ ਨਵਜੋਤ ਸਿੰਘ ਸਿੱਧੂ ਨਾਲ ਅਮੀਰ ਪੰਜਾਬ 'ਚ ਕੋਈ ਨਹੀਂ, ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬੰਟੀ ਵਰਗੇ ਲੋਕਾਂ ਕੋਲ ਆ ਪਿੱਛੇ ਭੈਣ ਜੀ ਬੈਠੀ ਹੈ। ਸਾਡੇ ਕੋਲ ਪੰਜਾਬ ਦਾ ਪਿਆਰ ਔਰ ਵਿਸ਼ਵਾਸ ਅੱਜ ਵੀ ਬਰਕਰਾਰ ਹੈ, ਜਾਂਦਾ ਜ਼ਮੀਰ ਅੱਜ ਵੀ ਬਰਕਰਾਰ ਹੈ। ਨਾ ਵਿਕਿਆ ਨਾ ਵਿਕਣ ਦਊਂ, ਇਸੇ ਕਰਕੇ ਖੜਾ। ਪੰਜਾਬ ਦਾ ਵਰਤਾਂਤ ਕੀ ਹੈ? ਪੰਜਾਬ ਦਾ ਵਰਤਾਂਤ ਇੰਨਾ ਹੀ ਹੈ, ਨੌਜਵਾਨ ਕੀ ਚਾਹੁੰਦਾ, ਉਹ ਕਿਉਂ ਗੁਲਾਮ ਬਣੇ ਹੋ ਇਸ ਸਿਸਟਮ ਦੇ। ਤੇ ਮੇਰੀ ਉਹ ਫਲਾਨੇ MLA ਨਾਲ ਬਣਦੀ ਹੈ, ਮੈਂ ਤਾਂ ਉਹਦੇ ਗਰੁੱਪ 'ਚ ਜਾਂਦਾ, ਉਹ ਕਰਦਾ ਮੇਰਾ ਫੋਨ ਦਾ ਕੰਮ ਖਰਾਬ। ਉਹ ਰਾਜਨੀਤੀ ਤਾਂ ਨੀਤੀ ਆਉਂਦੀ ਹੈ, ਨੀਤੀ ਬਣਾਓ, ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਫਾਇਦਾ ਮਿਲੇ। ਜਿੱਦਣ ਨੀਤੀਆਂ ਬਣਨ ਲੱਗ ਗਈਆਂ ਪੰਜਾਬ 'ਚ, ਕਿਹੜੀ ਨੀਤੀ ਬਣਾਈ ਹੈ ਭਾਈ? ਕਿਸਾਨੀ ਦੀ ਨੀਤੀ ਬਣਾਈ ਹੈ, ਨੌਜਵਾਨਾਂ ਦੀ ਨੀਤੀ ਬਣਾਈ ਹੈ, ਕਿਹੜੀ ਨੀਤੀ ਬਣਾਈ ਹੈ? 1 ਲੱਖ ਕਰੋੜ ਰੁਪਈਆ ਤੁਸੀਂ ਪੰਜਾਬ ਦਾ ਖਾ ਕੇ 70,000 ਕਰੋੜ ਰੁਪਈਏ ਦੇ ਕਰਜ਼ੇ ਦੇ ਉੱਤੇ ਪੰਜਾਬ 'ਚ ਲਾ ਰਹੇ ਹੋ, 20 ਰੁਪਈਏ ਦੀ ਬਿਜਲੀ ਖਰੀਦ ਰਹੇ ਹੋ, ਫਿਰ ਫ੍ਰੀ ਦੇ ਰਹੇ ਹੋ, PSPCL ਵਾਲਿਆਂ ਤਨਖਾਹ ਨਹੀਂ, ਸਾਰੇ ਟੀਚੇ ਟੰਕੀਆਂ ਦੇ ਉੱਤੇ ਚੜੇ ਹੋਏ ਆ। ਪੰਜਾਬ ਜਦ ਤੱਕ ਵਿੱਤੀ ਹਾਲਤ ਪੰਜਾਬ ਦੀ ਸੁਧਰਦੀ ਨਹੀਂ, ਪੰਜਾਬ ਖੜਾ ਨਹੀਂ ਹੁੰਦਾ। ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹਟਦੇ, ਬਿਜ਼ਨਸ ਕਰਨ ਨੂੰ ਨਹੀਂ ਹਟਦੇ, 80-20 ਦੇ ਸਮਝੌਤੇ ਨਹੀਂ ਕਰਦੇ, ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ। ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ, ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ, ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ। ਔਰ ਇੱਕੋ ਚੀਜ਼ ਜੇ ਜਾਗਦੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ, ਉਸੇ ਦਿਨ ਝੰਡੇ 'ਚ ਡੰਡਾ ਲਾ ਜੂ, ਤੰਬੂ 'ਚ ਪਾਊਗਾ। ਉਸੇ ਦਿਨ ਤੂੰ ਕਹਿਣਾ ਮਿੱਤਰ ਪਿਆਰੇ ਕਰਪਸ਼ਨ ਨਹੀਂ ਹੈ, ਉਹ ਭਾਈ ਅਮਰੀਕਾ 'ਚ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰੁਮਾਲ ਕੱਢ ਲੈਂਦਾ, ਇੱਥੇ ਕਿਸੇ ਨੂੰ ਰੁਮਾਲ ਦਾ ਠੇਕਾ ਮਿਲਦਾ ਵਿੱਚੋਂ ਤੰਬੂ ਕੱਢਦਾ। ਹੱਸ ਲਓ ਤਾਲੀ ਠੋਕਿਆ ਕਰੋ, ਜੇ ਮੈਂ ਝੂਠ ਬੋਲਦਾ। ਤਹਿਸੀਲ ਚਲ ਜਾ ਉੱਥੇ, ਤਹਿਸੀਲ ਚਲ ਜਾ ਉੱਥੇ, ਰਜਿਸਟਰੀਆਂ ਕਰਾਉਣੀਆਂ ਉੱਥੇ। ਕਹਿੰਦਾ ਜੀ ਮੈਂ ਕਰਪਸ਼ਨ ਦੂਰ ਕਰ ਦੂੰ, ਕਿੱਥੋਂ ਕਰਪਸ਼ਨ ਦੂਰ ਕਰ ਦੇਗਾ ਜੀ? ਆਪ 50,000 ਕਰੋੜ ਰੁਪਈਆ ਖਾਂਦੇ ਹੋ, 21,000 ਦੀ ਰੇਤੇ ਖਾਲੀ ਪੈਂਦੀ ਹੈ, 15 ਕਰੋੜ ਰੁਪਈਏ ਇੱਕ ਐਸੇ ਬੰਦੇ ਨੂੰ, ਗੁਰਦੀਪ ਜੁਝਾਰ, ਜਿਹੜਾ ਕਿ ਸੁਖਬੀਰ ਬਾਦਲ ਵੇਲੇ ਦਾ ਟਾਈਮ ਦਾ, ਉਹਨੂੰ ਤੁਸੀਂ 15 ਕਰੋੜ ਰੁਪਈਏ ਕਿਹਨੂੰ ਦਿੰਦਾ? ਚਲੋ ਨਾਲ ਕਿਹਨੂੰ ਦਿੰਦੇ ਆ? ਕੇਬਲ ਵਾਲੇ ਕਿਹਨੂੰ ਦਿੰਦੇ ਆ ਮਹੀਨਾ? ਉਹ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬੱਸਾਂ ਦੇ ਪਰਮਿਟ ਦੇਵੋਗੇ, ਬਤਾਊ ਵੀ ਦਿੱਤਾ ਤੁਸੀਂ, ਬਤਾਊ? ਹੱਸ ਲਓ ਤਾਲੀ ਠੋਕੋ, ਸੱਚੀ ਗੱਲ ਕਹਿੰਦਾ। ਲੈ ਮੈਂ ਤੈਨੂੰ ਕਹਿੰਦਾ ਮਿੱਤਰ ਪਿਆਰੇ, ਤੂੰ ਅੱਜ ਕਰ, ਮੈਂ ਤੇਰੀ ਜੈ ਜੈਕਾਰ ਕਰੂੰ, ਤੇਰੇ ਚਰਨਾਂ 'ਚ ਬਹਿ ਕੇ ਜੈ ਜੈਕਾਰ ਕਰੂੰ। ਤੂੰ ਖੋਲ ਰੇਤੇ ਦੀ ਕਾਰਪੋਰੇਸ਼ਨ, 1 ਲੱਖ ਬੰਦੇ ਨੂੰ ਨੌਕਰੀ ਨਾਲ, 7,000 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ 'ਚ। ਮੈਂ ਸ਼ਰਾਬ ਦੇ ਹੱਕ 'ਚ ਨਹੀਂ, ਪੰਜਾਬੀ ਸੁੱਖਣਾ ਲੈ ਕੇ ਜਿੰਨੀ ਦਾਰੂ ਪੀ ਜਾਂਦੇ, ਮੈਂ ਸ਼ਰਾਬ ਦੇ ਹੱਕ 'ਚ ਨਹੀਂ। ਸਮਗਲਿੰਗ ਕਿਉਂ ਹੋਵੇ? ਉਹ ਜਾਲੀ ਸ਼ਰਾਬ ਕਿਉਂ ਵਿਕੇ? ਮਹਿੰਗੀ ਸ਼ਰਾਬ ਕਿਉਂ ਵਿਕੇ? ਜੇ ਵਿਕਦੀ ਆ ਤੇ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਕਿਉਂ ਨਾ ਆਵੇ? ਤਾਮਿਲਨਾਡੂ ਇਕੱਲਾ ਸ਼ਰਾਬ 'ਚੋਂ ਅੱਧੀ ਖਪਤ, 50,000 ਕਰੋੜ ਰੁਪਈਏ ਸਾਲ, ਅਸੀਂ 4,000, ਦੁੱਗਣੀ ਖਪਤ ਸੈਂਟਰ ਦੀਆਂ ਸਕੀਮਾਂ 'ਚ ਡਬਲ,
70,000 crore ਰੁਪਈਆ ਜਿਹੜਾ ਇਹ ਖਾਂਦੇ ਹੈ ਇੱਕ ਇੱਕ। ਮੈਂ ਤੁਹਾਨੂੰ ਕਹਿੰਦਾ ਪੰਜਾਬ ਨੇ ਵੋਟਾਂ ਗਲਤ ਨਹੀਂ ਪਾਈਆਂ, ਪੰਜਾਬ ਨੇ ਵੋਟਾਂ ਬਿਲਕੁਲ ਸਹੀ ਪਾਈਆਂ। ਕੈਪਟਨ ਜਿਤਾਇਆ ਉਹ ਸੈਂਟਰ ਦਾ ਗੁਲਾਮ ਬਣ ਗਿਆ। ਉਹਨੂੰ ਸਮਝਣਾ ਚਾਹੀਦਾ ਕਿ ਸੈਂਟਰ ਸਟੇਟਾਂ ਦਾ ਗੁਲਦਸਤਾ ਹੈ, ਸਟੇਟਾਂ ਦਾ ਗੁਲਦਸਤਾ, ਅੱਡ ਅੱਡ ਸਟੇਟਾਂ 'ਚ ਅੱਡ ਅੱਡ ਖੁਸ਼ਬੂ ਹੈ। ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ। ਇਹ ਧਾਲ ਹੈ, ਇਹ ਸਟੇਟਾਂ ਦਾ ਸੰਘੀ ਢਾਂਚਾ, ਇਹਦਾ ਰਖਵਾਲਾ ਬਣੇਗਾ ਬੰਟੀ, ਇਹਦਾ ਰਖਵਾਲਾ ਬਣੇਗਾ ਨਵਜੋਤ ਸਿੰਘ ਸਿੱਧੂ। ਅੰਨਾ ਮੋਲਾ ਮਾਇਆਧਾਰੀ ਬੰਟੀ, ਤੇਰੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਏ ਆ, ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਬੋਲੀਆਂ ਹੋ ਜਾਣ, ਕੋਈ ਬੰਟੀ ਵਰਗਾ ਬੰਦਾ ਚਾਹੀਦਾ ਜਿਹੜਾ ਧਮਾਕਾ ਕਰਦੇ। ਧਮਾਕਾ ਇਹ ਉਹ ਧਮਾਕਾ ਹੈ, ਇਹ ਉਹ ਧਮਾਕੇ ਨੇ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦਾ ਵਰਕਰ ਜਗਾ ਦੇਣਗੇ, ਰੁੱਸੀਆਂ ਨੂੰ ਬੁਲਾ ਦੇਣਗੇ, ਬਾਹਰ ਕੱਢਣਗੇ। ਨਾ ਜਾ ਕੋਈ ਸਜ਼ਾ ਦੇਣੀ ਹੈ ਤੇ ਸਿੱਧੂ ਤੇਰੇ ਤੋਂ ਅੱਗੇ ਖੜ ਕੇ ਸਜ਼ਾ ਲਏਗਾ, ਲੇਕਿਨ ਤੇਰੇ ਵਰਗੇ ਵਰਕਰਾਂ ਨੂੰ ਸਾਫਾ ਬਣਾ ਕੇ ਰੱਖੇਗਾ। ਜ਼ਬਾਨ ਦਿੱਤੀ ਇੱਥੇ, ਜ਼ਬਾਨ ਦਿੱਤੀ। ਜੇ ਤੁਸੀਂ ਨੀਹਾਂ ਦਾ ਹੀ ਖਿਆਲ ਨਾ ਰੱਖ ਸਕੋ, ਜਦੋਂ ਜਵਾਕ ਜੰਮਦਾ ਘਰੇ ਨੀਹਾਂ ਰੋਂਦੀਆਂ, ਉਹ ਕਹੀ ਕਿਉਂ ਰੋਂਦੀਆਂ? ਕਿ ਜੇ ਚੰਗਾ ਨਿਕਲਿਆ ਤੇ ਢਾ ਕੇ ਦੁਬਾਰਾ ਬਣਾਉਣ, ਤੇ ਜੇ ਮਾੜਾ ਨਿਕਲਿਆ ਤੇ ਗਲ ਜਾਣਗੀਆਂ। ਇਹ ਗਲਦੀਆਂ ਨੀਹਾਂ, ਮੈਂ ਨੌਜਵਾਨਾਂ ਨੂੰ ਕਹਿੰਦਾ ਇਹ ਗਲਦੀਆਂ ਨੀਹਾਂ ਆਉਂਦੇ ਆ, ਦੇਖੋ ਛੱਤੀਆਂ ਚੌੜੀਆਂ ਕਿਵੇਂ, ਠੀਕ ਹੈ? ਇਹ ਗਲਦੀਆਂ ਨੀਹਾਂ ਨੂੰ ਜੇ ਸਵਾਰਨਾ, ਪੰਜਾਬ ਦਾ ਨੌਜਵਾਨ ਵਾਪਸ ਆਵੇ, ਆਪਣੇ ਦੇਸ਼ 'ਚ ਆਵੇ, ਇਸ ਸਿਸਟਮ ਨਾਲ ਲੜੇ, ਇਸ ਕਰਪਟ ਸਿਸਟਮ ਨੂੰ ਬਦਲਣ ਦੇ ਲਈ ਪੰਜਾਬ ਦਾ ਧਰਤੀ ਪੁੱਤਰ ਚੁਣੇ, ਇਮਾਨਦਾਰ ਬੰਦਾ ਚੁਣੇ, ਜਿਹਦੇ 'ਤੇ ਭਰੋਸਾ ਹੋਵੇ, ਜਿਹੜਾ ਕਿਰਦਾਰ ਵਾਲਾ ਹੋਵੇ, ਜਿਹਦੇ 'ਚ ਕੈਰੈਕਟਰ ਹੋਵੇ, ਜਿਹਨੂੰ ਘਰੇ ਬੁਲਾ ਸਕੇ। ਅੱਜ ਕੱਲ੍ਹ ਦੇ ਲੋਕ ਕਹਿੰਦੇ ਆ, ਮਾਵਾਂ ਕਹਿੰਦੀਆਂ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂਗੇ ਅਤੇ ਇੰਜੀਨੀਅਰ ਬਣਾਵਾਂਗੇ। ਉਹ ਮੈਂ ਕਿਹਾ ਇਹੋ ਜਿਹੇ MLA ਬਣਾ ਲਓ, ਇਹੋ ਜਿਹੇ MLA ਬਣਾ ਲਓ, ਲੋਕ ਕਹਿਣ ਲੱਗ ਜਾਣਗੇ ਅਸੀਂ ਆਪਣੇ ਪੁੱਤਰ ਨੂੰ ਬੰਟੀ ਵਰਗਾ ਬਣਾਵਾਂਗੇ। ਟੋਕੇ ਮਾਰੋ ਤਾਲੀ 50। ਜਿਹੜਾ ਅੰਬ ਹੁੰਦਾ, ਜਿਹੜਾ ਝੁਕਦਾ ਨਹੀਂ, ਜਿਹੜਾ ਲੜਦਾ, ਜਿਹੜਾ ਖੜਦਾ, ਉਹ ਅੱਖਾਂ ਨੂੰ ਸੁਹਾਉਂਦਾ ਨਹੀਂ। ਜਿਹੜਾ 80 ਰਲ ਕੇ ਖੇਡੇ, ਪਾਰਟੀ ਜਿੰਦੀ ਧਰਦੇ, ਉਹ ਚੈਂਪੀਅਨ। ਕਿਉਂ? ਕੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ, ਉਹ ਦਲੀਲ ਵੀ ਹੋਊ, ਉਹਨੂੰ ਵੱਧ ਦਲੀਲ ਕਰੂ। ਮੈਂ ਫਿਰ ਕਹਿੰਦਾ, 100 ਬੰਦਾ ਇਕੱਠਾ ਹੋਵੇ, ਇੱਥੇ ਤਾਂ ਹਜ਼ਾਰਾਂ ਨੇ, 100 ਬੰਦਾ ਇਕੱਠਾ ਹੋਵੇ, ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ, ਸਾਡੇ ਕੋਲ ਇੱਕ ਰੋਡ ਮੈਪ ਹੈ, ਸਾਡੇ ਕੋਲ ਇੱਕ ਏਜੰਡਾ ਹੈ, ਸਾਡੇ ਕੋਲ ਆਹ 50-60,000 crore ਰੁਪਈਆ ਬੈਂਕ 'ਚ ਪਾ ਕੇ ਪੰਜਾਬ ਦੇ ਨੌਜਵਾਨਾਂ ਦੇ ਲਾਣ ਨੂੰ 1,20,000 crore ਰੁਪਈਆ। ਜੇ ਕੋਈ ਇਮਾਨਦਾਰ ਆ ਗਿਆ, ਸਾਰਾ ਕੁਛ ਪਲਟ ਦੂਗਾ, ਇੱਕ ਸਾਥ ਪਲਟ ਦੂਗਾ। ਇਹ ਝੂਠ ਵੇਚਣ ਵਾਲੇ ਕਿੱਥੇ ਹੋ ਕੇਜਰੀਵਾਲ? ਉਹ ਹਮ ਨਿਕਾਲੇਂਗੇ ਨੇਤਾਓ ਕੀ ਜੇਬ ਮੇ ਸੇ, ਐਸੇ ਕਰਕੇ 20,000 crore, 35,000 crore ਨਿਕਾਲੇਂਗੇ ਹਮ ਬਜਟ ਮੇ ਸੇ। ਉਹ ਪਤੰਦਰਾ ਪੰਜਾਬੀ ਦੇ ਬੋਲੀ ਸਿੱਖ ਲੈ ਪਹਿਲਾਂ, ਨਿਕਾਲੇਂਗੇ 35,000 crore ਮੇ ਬਜਟ ਮੇ ਸੇ ਔਰ 1,100 rupees ਮਾਤਾਓ ਔਰ ਬਹਿਨੋ ਕੋ ਦੋਗੇ। ਕੀ ਮਿਲਿਆ? ਚੋਂਚਣਾ। ਠੀਕ ਕਿਹਾ ਬੇਟਾ, ਤੋੜੀ ਤਾੜੀ ਮਾਰ ਲੈ ਕਿਤਾਬ ਕੀ ਦਿੱਤਾ ਹੋਏ। ਉਹ ਜਦੋਂ ਤੁਹਾਡੇ ਕੋਲ ਪੱਲੇ ਹੀ ਕੁਛ ਨਹੀਂ, ਜਦੋਂ ਤੁਹਾਡੇ ਕੋਲ ਇਨਕਮ ਹੀ ਨਹੀਂ, ਤੁਸੀਂ ਇਨਕਮ ਨੂੰ ਵੰਡੋ, ਫ੍ਰੀ ਦਿਓ, ਜੋ ਮਰਜ਼ੀ ਕਰੋ, ਇਨਕਮ ਤਾਂ ਦਿਓ ਨਾ।
ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਘਰ ਨੰਗਾ ਇਹ ਸਵਾਹ ਲਿਆ ਛਾਂ ਕੇ ਤਾਰੀ ਕਰਾਂ। ਜਦੋਂ ਤੁਸੀਂ ਨੰਗ ਸਰਕਾਰ ਹੋ ਤੇ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ, ਠੀਕ ਹੈ, ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਤੇ ਤੁਸੀਂ ਪੰਜਾਬ ਨੂੰ ਨਾਰੇ ਲੱਪੇ ਲਾ ਕੇ ਤੁਸੀਂ ਇਹ ਦਿਖਾਉਣਾ ਝੂਠ ਵੇਚ ਕੇ ਵੀ ਪੰਜਾਬ ਜਾਵੇ ਇਕੱਠੇ ਖੂਹ ਚ, ਅਸੀਂ ਆਪਣੀ ਵੋਟ ਬੈਂਕ ਪਾਲਿਟਿਕਸ ਰੱਖਾਂਗੇ। ਉਹ ਗੁਰੂ 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 ਵੀ ਬੋਲੀ ਲਾ ਦੀ ਜਿਹਨਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ, ਉਹਨਾਂ ਨੂੰ ਸਜ਼ਾ ਨਹੀਂ ਦੇ ਸਕੇ ਜਿਹਨਾਂ ਨੇ ਜਥੇਦਾਰਾਂ ਦੇ ਮੂੰਹ ਦੇ ਉੱਤੇ ਸਿੱਟਾਂ ਦੇ ਧੂਏ ਮਾਰੇ ਠਾ ਵਜੀ ਚ ਪੇੜ ਮੂੰਹ ਤੇ ਹੈ ਤੇ ਜਥੇਦਾਰ ਟੋਟੇ ਟੋਟੇ। ਟਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਗੋਡੇ ਲਵਾਤੇ ਸੀ, ਲੀਵਾ ਲਾਦਾ ਸੀ, ਜਥੇਦਾਰ ਘਰੇ ਆਉਣਗੇ। ਧਰਮ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਤਲੇ ਗਲੇ ਹੈ। ਧਰਮ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੂੰਗੇ ਚੁੱਕੋ ਚੁੱਕ ਪਟਾ ਧਰਮ ਦਾ ਜੈਕਾਰ, ਧਰਮ ਦਾ ਝੰਡਾ 2.5 ਫੁੱਟ ਉੱਚਾ ਦਰਬਾਰ ਸਾਹਿਬ ਦੀ ਗੇੜੀ ਦੇ ਵਿੱਚੋਂ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਦਾ ਪ੍ਰਕਾਸ਼ ਦਿਖਣਾ। ਲੇਕਿਨ ਸੇਧ ਦੇਣ ਲਈ ਘੋੜਾ ਰਾਜ ਹੈ, ਸਹਿ ਸਵਾਰ ਗੁਰੂ ਦੀ ਸੇਧ ਹੈ। ਇਹਨਾਂ ਨੇ ਧਰਮ ਦਾ ਘੋੜਾ ਬਣਾ ਲਿਆ ਆਪਣੇ ਸਵਾਰਥ ਦੀ ਪੂਰਤੀ ਲਈ। ਕੌਂਕੇ ਸਾਹਿਬ ਦਾ ਕਤਲ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਟਣਾ ਗਵਾਹਾਂ ਦੇ ਬਾਵਜੂਦ, ਔਰ ਸਰਕਾਰਾਂ ਦਾ ਸੁੱਤੇ ਪਏ ਰਹਿਣਾ 75-25 ਦਾ ਪ੍ਰਮਾਣ ਹੈ, ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ। ਰਲੇ ਹੋਇਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਹੈ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਹੋਏ ਹੈ। ਇਸ ਕਰਕੇ ਕਹਿੰਦਾ ਗੁਰੂ ਆਪਣਾ ਇਨਸਾਫ਼ ਕਰੇਗਾ, ਲੇਕਿਨ ਇਨਸਾਫ਼ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ। ਇੱਕ ਪੇੜ ਨੂੰ ਅੱਗ ਲੱਗ ਗਈ, ਪੰਛੀ ਰਹਿੰਦੇ ਸੀ, ਸੁਣੋ ਨੌਜਵਾਨੋ, ਪੰਛੀ ਰਹਿੰਦੇ ਸੀ, ਪੇੜ ਨੂੰ ਅੱਗ ਲੱਗ ਗਈ, ਉਹ ਕਹਿੰਦੇ ਆਗ ਲੱਗੀ ਇਸ ਵਰਿਕਸ਼ ਕੋ, ਜਲਨੇ ਲਗੇ ਹੈ ਪਾਕ ਉੜਦਾ ਹੋਇਆ ਪੰਛੀਓ, ਜਬ ਪੰਖ ਤੁਹਾਰੇ ਸਾਥ। ਤੇ ਪੰਛੀ ਕੀ ਕਹਿੰਦਾ ਹੈ, ਪੀੜ੍ਹੀ ਦਰ ਪੀੜ੍ਹੀ ਉੱਥੇ ਰਹਿੰਦਾ, ਕਹਿੰਦਾ ਫਲ ਖਾਏ ਇਸ ਪੇੜ ਕੇ, ਫਲ ਖਾਏ ਇਸ ਵਰਿਕਸ਼ ਕੇ, ਗੰਦੇ ਕੀਨੇ ਪਾਕ, ਅਬ ਯਹੀ ਹਮਾਰਾ ਧਰਮ ਹੈ, ਜਲ ਮਰੇ ਇਸੀ ਕੇ ਸਾਥ, ਜਲ ਮਰੇ ਇਸੀ ਕੇ ਸਾਥ। ਮੈਂ ਅਖੀਰ ਦੇ ਵਿੱਚ ਦੋਵੇਂ ਹੱਥ ਖੜੇ ਕਰਕੇ
ਪਾਰਟੀ ਦਾ ਧੰਨਵਾਦ ਕਰਾਉਣਾ ਚਾਹੁੰਦਾ। ਖੜੇ ਹੋ ਸਾਰੇ ਸਾਰੇ ਪਿੱਛੇ ਅੱਗੇ ਸਾਰੇ ਖੜੇ ਹੋ ਖੜੇ ਹੋ ਕਾਂਗਰਸ ਦੀ ਵਿਚਾਰਧਾਰਾ ਉਹਦੇ ਨਾਲ ਜੁੜ ਕੇ ਗੁਰੂਆਂ ਪੀਰਾਂ ਨੇ ਜੋ ਸੇਧ ਦਿੱਤੀ ਉਹਨੂੰ ਮੰਨ ਕੇ ਤਿਆਗ ਸਦਭਾਵਨਾ ਆਪਸੀ ਭਾਈਚਾਰਾ ਇਹਦਾ ਮੁੱਢ ਬੰਨ ਕੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਈਮਾਨ ਦੀ ਪ੍ਰੇਰਣਾ ਤਿਆਗ ਦੀ ਪ੍ਰੇਰਣਾ ਜਿਨ੍ਹਾਂ ਨੇ ਨੌਕਰੀਆਂ ਨਹੀਂ ਜਿਨ੍ਹਾਂ ਨੇ 2-2 ਕਰੋੜ ਰੁਪਏ ਦੀ ਆਮਦਨ ਛੱਡੀ ਹਜ਼ਾਰਾਂ ਕਰੋੜ ਰੁਪਏ ਦੇ ਦਾਨ ਦੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਨਾਂ ਵਾਰਤੀਆਂ ਭਗਤ ਸਿੰਘ ਵਰਗਿਆਂ ਨੇ ਹੈਂ ਜਾਨਾਂ ਉਦੋਂ ਵੱਡੀ ਕਿਹੜੀ ਭਾਵਨਾ ਸੀ ਕੀ ਉਹ ਸੋਚ ਸਕਦੇ ਸੀ ਪੀਲੀ ਪੱਗ ਬੰਨ ਕੇ ਕੁਛ ਨਹੀਂ ਹੋਣਾ ਮਿੱਤਰਾ ਪੀਲੀ ਪੱਗ ਬੰਨ ਕੇ ਰੰਗ ਰਲੀਆਂ ਮਨਾਉਣੀਆਂ 6-6 ਲੱਖ ਦੇ ਜਹਾਜ਼ਾਂ 'ਚ ਘੁੰਮਣਾ ਕੁਛ ਨਹੀਂ ਹੋਣਾ ਜੇ ਪੀਲੀ ਪੱਗ ਬੰਨੀ ਹੈ ਤਾਂ ਫਿਰ ਤਿਆਗ ਕਰਕੇ ਦਿਖਾਓ ਹੋ ਜਾ ਸਮਝੇ ਨਹੀਂ ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ 1 ਸਾਲ 'ਚ ਬਣੂ 1 ਲੱਖ ਕਰੋੜ ਰੁਪਈਏ ਦੇ
ਸਾਡੇ ਐਸਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ। ਕਿ ਅੱਜ ਪੰਜਾਬ ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ? ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਜੇ ਇਸ ਬਦਲਾਵ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਰਦਾਰਾਂ ਨੂੰ ਦੇਖੋ, ਕਿਉਂਕਿ ਕਿਰਦਾਰਾਂ ਦੇ ਉੱਤੇ ਹੀ ਭਰੋਸਾ ਹੋ ਸਕਦਾ। ਚਾਹੇ ਮਾਸਟਰ ਤਾਰਾ ਸਿੰਘ ਕੋਈ ਪਾਰਟੀ ਹੋਵੇ, ਚਾਹੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਹੋਵੇ, ਚਾਹੇ ਰਾਹੁਲ ਗਾਂਧੀ ਜੀ ਹੋਣ, ਚਾਹੇ ਪੰਡਿਤ ਜਵਾਹਰ ਲਾਲ ਨਹਿਰੂ ਹੋਵੇ, ਲਾਲ ਬਹਾਦੁਰ ਸ਼ਾਸਤਰੀ ਹੋਣ, ਉਹ ਸੁਤੰਤਰਤਾ ਸੈਨਾਨੀ ਹੋਣ ਜਿਨ੍ਹਾਂ ਨੇ ਦੇਸ਼ ਦੀਆਂ ਨੀਹਾਂ ਬਣਾਈਆਂ ਜਦੋਂ ਕੌਂਸਟੀਟਿਊਸ਼ਨ ਆਫ ਇੰਡੀਆ ਬਣਿਆ, ਅਤੇ ਕਿੰਨੀਆਂ ਬਿਲਡਿੰਗਾਂ ਦਾ ਦਾਨ ਦੇ ਕੇ ਕੌਂਸਟੀਚੁਐਂਟ ਅਸੈਂਬਲੀ ਬਣਾਈ, ਹਰ ਦੇਸ਼ ਹਰ ਵਰਗ ਹਰ ਆਪਸੀ ਭਾਈਚਾਰੇ ਨੂੰ ਮਿਲਾ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਿਆ, ਉਦੋਂ ਗੋਰਿਆਂ ਤੋਂ ਆਜ਼ਾਦ ਹੋਇਆ। ਅੱਜ ਫਿਰ ਇਹ ਰੰਗਲਾ ਪੰਜਾਬ ਉੱਧਰ ਨੂੰ ਜਾਈ ਜਾਂਦਾ ਕਿ ਇਹ ਸਾਡੀ ਭੁੱਖ ਸਾਡੇ ਲਾਲਚ ਸਾਡੇ ਸਵਾਰਥ ਐਡੇ ਉੱਚੇ ਹੋ ਗਏ ਮਿੱਤਰ ਪਿਆਰਿਓ? ਹੈ ਕੁਛ ਨਹੀਂ ਚਾਹੀਦਾ ਮੈਨੂੰ, ਨਾ ਮੰਗਿਆ ਸੀ ਅੱਜ ਤੱਕ, ਸਮਝਿਆ ਨਹੀਂ। ਬਸ ਇੱਕ ਪੰਜਾਬ ਦੀ ਸਦਗਤੀ ਜ਼ਰੀਆ ਅਗਰ ਤਾਂ ਲੀਡਰ ਆਪਣੀ ਪੁਰਾਣੀ ਪਛਾਣ ਭੁੱਲ ਕੇ ਨਵਾਂ ਸਿਸਟਮ ਸਿਰਜਣਗੇ ਪੈਰਾਂ 'ਚ ਸੀਸ ਨਵਾਉਂ, ਨਹੀਂ ਤਾਂ ਪੰਜਾਬ ਦੇ ਲੋਕਾਂ ਤੋਂ ਹੀ ਨਵਾਂ ਸਿਸਟਮ ਬਣਵਾਉਂ। ਵਿਚਾਰਾਂ ਦੀ ਕਿਸੇ ਵਿਚਾਰ ਦੀ ਮਤਭੇਦ ਨੂੰ ਸ਼ਖਸੀਅਤਾਂ ਦਾ ਮਤਭੇਦ ਇਹਦਾ ਰੋਲ ਮਤ ਦਿਓ। ਬੜੇ ਲੋਕ ਨੇ ਜਿਹੜੇ ਪਾੜ ਪਾਉਣ ਦੇ ਲਈ ਵਿਚਾਰਾਂ ਦੇ ਮਤਭੇਦ ਨੂੰ ਸ਼ਖਸੀਅਤਾਂ ਦਾ ਮਤਭੇਦ ਦੱਸੀ ਜਾਂਦੇ ਹੈ, ਗਲਤ। ਨਵਜੋਤ ਸਿੰਘ ਸਿੱਧੂ ਦਾ ਇੱਕੋ ਹੀ ਸੁਪਨਾ ਹੈ, ਨਵਾਂ ਸਿਸਟਮ। ਇਸ ਕਰਪਟ ਸਿਸਟਮ ਨੂੰ ਨੌਜਵਾਨ ਭੰਨਣ, ਬੀਜ ਬੋ ਦਿਓ, ਇਹਨਾਂ ਨੌਜਵਾਨਾਂ ਲਈ ਕਹਿ ਰਿਹਾ, ਬੀਜ ਬੋ ਦਿਓ, ਫੁੱਲ ਖਿਲ ਕੇ ਚਮਨ ਨੂੰ ਬਹਾਰ ਦੇਣਗੇ, ਉਹ ਦਿਸ਼ਾ ਦੇ ਦਿਓ, ਇਹ ਨੌਜਵਾਨ ਮਿਲ ਕੇ ਪੰਜਾਬ ਨੂੰ ਸਵਾਰ ਦੇਣਗੇ। ਸਿੱਧੂ ਸਾਹਿਬ ਆਪਾਂ ਪੰਜਾਬ ਨੂੰ ਸਿੱਧੂ ਸਾਹਿਬ ਆਪਾਂ ਕਿਹੜੀ ਕਾਂਗਰਸ ਦੀ ਗੱਲ ਕਰਦੇ ਪਏ ਹਾਂ ਵੀ ਤੁਸੀਂ ਸਟੇਜ ਤੇ ਕੇਜਰੀਵਾਲ ਭਗਵੰਤ ਮਾਨ ਨੂੰ ਗਲਤ ਕਹਿੰਦੇ ਪਏ ਆ? ਗਲਤ ਮੈਂ ਗਲਤ ਨਹੀਂ ਕਹਿੰਦਾ ਪਿਆ, ਮੈਂ ਕਹਿੰਦਾ ਗਲਤ ਨਹੀਂ ਮੈਂ ਕਹਿੰਦਾ ਪਿਆ। ਹਾਈ ਕਮਾਂਡ ਤਾਂ 28 ਪਾਰਟੀਆਂ ਨਾਲ ਕੰਪਰੋਮਾਈਜ਼ ਕਰ ਰਿਹਾ। ਜੇ ਅਸੀਂ ਸਾਡੀ ਡੈਮੋਕ੍ਰੇਸੀ ਨਾ ਰਹੀ, ਮਿੱਤਰ ਪਹਿਲਾਂ ਸੁਣ, ਜੇ ਸਾਡੀ ਡੈਮੋਕ੍ਰੇਸੀ ਨਾ ਰਹੀ ਪਾਰਟੀਆਂ ਨੂੰ ਕੀ ਕਰਨਾ ਦੱਸ? ਦੱਸ ਹੈਰ ਜਾ, ਹੁਣ ਜਵਾਬ ਦੇ ਨਾ, ਦੇਣ ਦੇ, ਜਾਂ ਤਾਂ ਉੱਚੀ ਉੱਚੀ ਬੋਲੀ ਜਾ ਮਿੱਤਰ ਪਿਆਰੇ, ਜਾਂ ਸੁਣ ਲੈ ਗੱਲ। ਸੁਣ ਭਾਈ, ਅੱਜ ਇਲੈਕਸ਼ਨ ਕਮਿਸ਼ਨ 'ਤੇ ਸ਼ੱਕ ਕੋਈ ਸੁਣਦਾ? ਅੱਜ ਲੋਕ ਸਭਾ ਦੇ ਵਿੱਚ 170 MP ਸਸਪੈਂਡ ਕਦੇ ਸੁਣਿਆ ਸੀ? ਠੀਕ ਹੈ, ਅੱਜ 323 'ਚ ਬੰਦੇ ਅੰਦਰ, ਖਹਿਰਾ ਅੰਦਰ, ਠੀਕ ਹੈ। ਕਿਤੇ ਕਾਨੂੰਨ ਵਿਵਸਥਾ ਇਹੋ ਜਿਹੀ ਦੇਖੀ ਸੀ? ਲਾਅ ਐਂਡ ਆਰਡਰ ਦੇਖ ਕਦੇ ਦੇਖਿਆ ਸੀ? ਇਹ ਕੀ ਹੈ, ਇਹ ਕੀ ਹੈ, ਇਹ ਡੈਮੋਕ੍ਰੇਸੀ ਹੈ? ਜਿਹੜਾ ਤੁਹਾਡੇ ਹੱਕ 'ਚ ਬੋਲੇ ਉਹ ਤਾਂ ਮਾਂ ਕਹਿ ਕਮਾਲ ਹੈ, ਤੁਮ ਕਰੋ ਤੋ ਨਿਆਰੀ ਲੀਲਾ, ਹਮ ਕਰੇ ਤੋ ਕੈਰੈਕਟਰ ਢੀਲਾ। ਜੇ ਕੋਈ ਹੋਰ ਬੋਲੇ ਤਾਂ ਤੁਸੀਂ ਉਹਨਾਂ ਨੂੰ ਅੰਦਰ ਦੇ ਦਿਓ। ਉਹ ਭਾਈ, ਪੰਜਾਬੀ ਕੌਮ ਹੈ, ਸ਼ੇਰਾਂ ਦੀ ਕੌਮ ਹੈ, ਤਿਆਗ ਬਲੀਦਾਨ ਦੀ ਕੌਮ ਹੈ। ਤਾਂ ਹੀ ਮੈਂ ਕਹਿੰਦਾ ਜੇ ਸਟੇਟਾਂ ਦੇ ਇਸ ਗੁਲਦਸਤੇ ਨੂੰ ਅਸੀਂ ਸੈਂਟਰ ਬਣਾ ਕੇ ਦਿੱਤਾ ਤਾਂ ਸਾਡੇ GST ਵਾਲੇ ਪੈਸੇ ਠੀਕ ਟਾਈਮ ਦੇ ਉੱਤੇ ਦੇਣ, ਠੀਕ ਹੈ, ਸਾਡੇ ਕਰਜ਼ੇ ਮਾਫ਼ ਕਰਨ, ਸਾਨੂੰ ਕੋਈ ਪੈਕੇਜ ਦੇਣ, ਸਮਝਿਆ ਨਹੀਂ, ਸਾਡੇ ਡੈਮਾਂ ਦੇ ਲਾਅ ਵਾਪਸ ਲੈਣ, ਸਾਡੇ ਕਿਸਾਨ ਬਰੂਹਾਂ ਦੇ ਉੱਤੇ ਨਾ ਰੱਖਣ, ਸਾਡੇ ਬਾਰਡਰ ਖੋਲ੍ਹਣ। ਇਹ ਮੁੱਦੇ ਨੇ ਮਿੱਤਰਾ, ਅਤੇ ਜੇ ਇਹਨਾਂ ਮੁੱਦਿਆਂ ਲਈ ਸਮਝੌਤਾ ਕਰਨਾ ਪਵੇ ਤਾਂ ਕਰਨਾ ਪਊ, ਕਿਉਂਕਿ ਜੇ ਉਹ ਨਾ ਕੀਤਾ, ਪਾਰਟੀ ਦੀ ਗੱਲ ਛੱਡੋ, ਵਿਚਾਰਧਾਰਾ ਕਿੱਥੋਂ ਰਹਿਣੀ ਹੈ? ਸਿੱਧੂ ਸਾਹਿਬ, ਤੁਹਾਡੇ ਪਾਰਟੀ ਦਾ ਪੰਜਾਬ ਦੇ ਸਾਰੇ ਵਿਰੋਧ ਕਰ ਰਹੇ ਹੈ। ਮੇਰਾ ਕੋਈ ਵਿਰੋਧ ਨਹੀਂ ਕਰ ਰਿਹਾ, ਜੇ ਕਰਦਾ ਮੈਂ ਲੰਮੀ ਉਮਰ ਦੀ ਪਾਰਟੀ ਨੂੰ ਸਮਝੌਤੇ ਦਾ ਠਹਿਰ ਜਾਣਾ, ਠਹਿਰ ਠਹਿਰ, ਮੈਂ ਕਿਹਾ ਕੁਛ ਵੀ ਵਿਰੋਧ ਕਰੇ ਜਦੋਂ ਅਹੁਦੇ ਲੈਣ ਦਾ ਕੋਈ ਵਿਰੋਧ ਕਰਦਾ? ਮੈਂ ਕਹਿੰਦਾ ਮੇਰਾ ਸਟੈਂਡ ਬੜਾ ਕਲੀਅਰ ਹੈ, ਜੋ ਹਾਈਕਮਾਂਡ ਦਾ ਸਟੈਂਡ ਹੈ ਉਹ ਮੇਰਾ ਸਟੈਂਡ ਹੈ, ਅਤੇ ਮੇਰੀ ਗੱਲ ਸੁਣ, ਕੋਈ ਕਿਸੇ ਨਾਲ ਹੋਵੇ ਨਾ ਹੋਵੇ, ਲੋਕਤੰਤਰ 'ਚ ਤਾਕਤ ਕੀ ਹੁੰਦੀ ਹੈ, ਕਿਹਦੇ ਨਾਲ ਲੋਕ ਨੇ, ਬਸ ਨਹੀਂ।